ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੋਰ ਕੀ ਹਾਲ ਚਾਲ ਨੇ? ਵਧੀਆ ਜੀ, ਵਧੀਆ। ਸੋ ਮੂਸਾ ਜੱਟ ਦਾ ਟ੍ਰੇਲਰ ਤੁਸੀਂ ਦੇਖਿਆ, ਤੁਹਾਡੇ ਅਕੋਰਡਿੰਗ ਤੁਹਾਨੂੰ ਕਿੱਦਾਂ ਦਾ ਲੱਗ ਰਹੀ ਹੈ ਮੂਵੀ? ਮੈਨੂੰ ਲੱਗਦਾ ਕਿ ਵਧੀਆ ਹੈ, ਕੋਈ ਮਤਲਬ ਨਵਾਂ ਜੌਨਰ ਦੇਖਣ ਨੂੰ ਮਿਲੂਗਾ ਔਰ ਇਸ ਤਰੀਕੇ ਦੀਆਂ ਐਕਸ਼ਨ ਡਰਾਮਾ ਫਿਲਮਾਂ ਸਾਡੇ ਇੱਥੇ ਹਜੇ ਘੱਟ ਬਣਦੀਆਂ, ਸੋ ਵਧੀਆ ਗੱਲ ਹੈ। ਸੋ ਬਟ ਜੇ ਆਪਾਂ ਸਿੱਧੂ ਮੂਸੇਵਾਲਾ ਹੋਰਾਂ ਦੀ ਗੱਲ ਕਰੀਏ, ਉਹਨਾਂ ਦੇ ਗਾਣੇ ਵੀ ਸਿਮਿਲਰ ਹੁੰਦੇ ਆ ਅਤੇ ਮੂਵੀ ਦੇ ਵਿੱਚ ਵੀ ਐਕਸ਼ਨ ਐਂਗਰ ਅਤੇ ਅਗਰੈਸ਼ਨ ਹੀ ਲੱਗ ਰਿਹਾ ਜੱਟ ਤਾਂ ਹਾਲੇ ਤੱਕ ਟ੍ਰੇਲਰ ਦੇਖਿਆ ਆ, ਸੋ ਤੁਹਾਨੂੰ ਲੱਗਦਾ ਕੁਛ ਡਿਫਰੈਂਟ ਆ? ਹਾਂ, ਮੈਨੂੰ ਲੱਗਦਾ ਕਿ ਇਹੋ ਜਿਹੀਆਂ ਫਿਲਮਾਂ ਨਹੀਂ ਆਉਂਦੀਆਂ ਸਾਡੇ ਪੰਜਾਬ 'ਚ, ਸੋ ਉਹਦੇ ਲਈ ਇੱਕ ਦੇਵ ਬਾਈ ਦੀਆਂ ਫਿਲਮਾਂ ਇਹੋ ਜਿਹੀਆਂ ਹੁੰਦੀਆਂ, ਸੋ ਆਹ ਜੌਨਰ ਹਜੇ ਬਹੁਤ ਖਾਲੀ ਪਿਆ ਔਰ ਸਿੱਧੂ ਬਾਈ ਦੇ ਗਾਣੇ ਹਮੇਸ਼ਾ ਇਹੋ ਜਿਹੇ ਚੱਲੇ ਅਗਰੈਸ਼ਨ ਵਾਲੇ, ਸੋ ਮੈਨੂੰ ਲੱਗਦਾ ਕਿ ਜਿਹੜਾ ਬੰਦਾ ਜਿਹੜੀ ਚੀਜ਼ 'ਚ ਵਧੀਆ ਹੁੰਦਾ ਉਹਨੂੰ ਉਹੀ ਕਰਨਾ ਚਾਹੀਦਾ, ਸੋ ਉਹਨਾਂ ਲਈ ਰਾਈਟ ਫਿਲਮ ਹੈ। ਤੁਸੀਂ ਰਾਈਟਰ ਹੋ, ਡਾਇਰੈਕਟਰ ਹੋ, ਹੈ ਨਾ, ਜੇ ਤੁਹਾਨੂੰ ਕਿਹਾ ਜਾਵੇ ਕਿ ਸਿੱਧੂ ਮੂਸੇਵਾਲਾ ਹੋਰਾਂ ਲਈ ਇੱਕ ਮੂਵੀ ਲਿਖਣੀ ਆ ਬਟ ਉਹ ਐਕਸ਼ਨ ਐਗਰੈਸ਼ਨ ਐਂਗਰ ਨਾ ਹੋਵੇ, ਤੁਸੀਂ ਆਪਣੇ ਅਕੋਰਡਿੰਗ ਉਹਨਾਂ ਨੂੰ ਕਿਸ ਜੋਨਰ ਦੇ ਵਿੱਚ ਫਿੱਟ ਕਰੋ? ਮੈਂ ਬਾਈ ਨੂੰ ਮੈਨੂੰ ਲੱਗਦਾ ਫੈਮਿਲੀ ਇਮੋਸ਼ਨ ਦੀ ਜਿਵੇਂ ਗੁੱਡੀਆਂ ਪਟੋਲੇ ਕਾਇੰਡ ਆਫ ਕੋਈ ਫਿਲਮ ਹੋਵੇ ਤਾਂ ਉਹਦੇ 'ਚ ਵਧੀਆ ਲੱਗੂਗਾ। ਸਿੱਧੂ ਮੂਸੇਵਾਲਾ? ਹਾਂ, ਕਿਉਂ ਨਹੀਂ, ਸਿੱਧੂ ਬਾਈ ਦੇ ਮਤਲਬ ਫੈਮਿਲੀ ਵਾਲੇ ਗਾਣੇ ਦੇਖੋ ਤੁਸੀਂ ਜਾਂ ਜਿਹੜੇ ਰੋਮੈਂਟਿਕ ਗਾਣੇ ਦੇਖੋ, ਜਿਵੇਂ ਐਲਬਮ 'ਚ ਵੀ ਕਈ ਗਾਣੇ ਜਿਵੇਂ ਅਰੋਮਾ ਮੇਰਾ ਫੇਵਰੇਟ ਹੈ ਗਾਣਾ, ਹੈ ਨਾ, ਸੋ ਕਰ ਸਕਦਾ ਡੈਫੀਨੇਟਲੀ, ਆਪਾਂ ਐਕਸਪੈਕਟ ਕਰ ਸਕਦੇ ਹਾਂ ਬਟ ਉਹ ਗੱਲ ਡਿਫਰੈਂਟ ਹੈ, ਆਪਾਂ ਹਾਲੇ ਤੱਕ ਉਹਨਾਂ ਨੂੰ ਇਸ, ਕਿਉਂਕਿ ਜਿਹੜਾ ਉਹਨਾਂ ਦਾ ਪਲੱਸ ਆ ਉਹ ਤਾਂ ਕੱਟ ਹੀ ਦਿੱਤਾ ਨਾ, ਵੀ ਇਹ ਤੋਂ ਇਲਾਵਾ ਕੁਛ ਕਰਨਾ, ਸੋ ਫਿਰ ਮੈਨੂੰ ਲੱਗਦਾ ਕਿ ਉਹ ਪਰਿਵਾਰਿਕ ਕੰਮ ਠੀਕ ਹੈ। ਥੈਂਕ ਯੂ ਸਰ। ਥੈਂਕ ਯੂ ਜੀ, ਥੈਂਕ ਯੂ ਸੋ ਮਚ।